16 ਜੁਲਾਈ ਨੂੰ ਬਠਿੰਡਾ ਵਿਖੇ ਏਮਜ਼ ਦਾ ਰੱਖਿਆ ਜਾਵੇਗਾ ਨੀਂਹ ਪੱਥਰ। ਹਰਸਿਮਰਤ ਕੌਰ ਬਾਦਲ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਥ ਦੇਵੇ ਨਾ ਦੇਵੇ 16 ਜੁਲਾਈ ਨੂੰ ਬਠਿੰਡਾ ਵਿਖੇ ਏਮਜ਼ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਹਰਸਿਮਰਤ ਕੌਰ ਬਾਦਲ ਹਲਕਾ ਪੁੱਚੋ ਵਿਖੇ ਵਰਕਰਾਂ ਨਾਲ ਮਿਲਣ ਲਈ ਪੁੱਜੇ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 11 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੋਟ ਪੁੱਜ ਰਹੇ ਹਨ। ਮੈਂ ਚਾਹਾਂਗੀ ਕਿ ਉੱਥੇ ਜਿਹੜੇ ਆਪਣੇ ਮੇਨ ਮੇਨ ਅਹੁਦੇਦਾਰ ਨੇ ਆਪਣੇ ਮੇਨ